ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਰਾਮ ਰਾਮ ਅਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਜੇ ਤੁਸੀਂ ਮੇਰਾ ਪਿਛਲਾ ਵੀਡੀਓ ਨਹੀਂ ਦੇਖਿਆ ਤਾਂ ਅੱਜ ਤੱਕ ਦਾ ਯੂਟਿਊਬ 'ਤੇ ਸਭ ਤੋਂ ਕਮਾਲ ਦਾ ਵੀਡੀਓ ਮੇਰਾ ਲਾਸਟ ਵੀਡੀਓ ਸੀਗਾ, ਜਿਹਦੇ 'ਚ ਮੈਂ ਡਬਲ ਰੋਲ ਪਲੇ ਕੀਤਾ। ਮਤਲਬ ਕੀ ਆ ਕਿ ਇੰਟਰਵਿਊਅਰ ਵੀ ਮੈਂ ਸੀ ਅਤੇ ਜਵਾਬ ਦੇਣ ਵਾਲਾ ਵੀ ਮੈਂ ਸੀ, ਪਰ ਬਹੁਤ ਮਿਹਨਤ ਨਾਲ ਕੀਤਾ ਤਾਂ ਕਿ ਬੱਚਿਆਂ ਦੇ ਵਿੱਚ ਚੈਨਲ ਨੂੰ ਲੈ ਕੇ ਇੰਟਰਸਟ ਬਣਿਆ ਰਹੇ। ਮੈਂ ਸਾਰਿਆਂ ਨੂੰ ਪ੍ਰੋਮਿਸ ਕਰਦਾ ਮੇਰੀਆਂ ਵੀਡੀਓਜ਼ ਐਵੇਂ ਦੀਆਂ ਦੇਖਣ ਨੂੰ ਮਿਲਣਗੀਆਂ, ਲਰਨਿੰਗ ਪਲੱਸ ਯੂਨੀਕ। ਯੂਨੀਕ ਦਾ ਮਤਲਬ ਇੰਨਾ ਕੁ ਹੈਗਾ ਕਿ ਆਪਾਂ ਹਰ ਇੱਕ ਚੀਜ਼ ਦਾ ਟਰੈਂਡ ਸੈੱਟ ਕਰ ਦਾਂਗੇ। ਅੱਜ ਦਾ ਜੋ ਮੈਂ ਵੀਡੀਓ ਬਣਾਉਣ ਲੱਗਿਆ, ਮੇਰੇ ਨਾਲ ਮੇਰਾ ਛੋਟਾ ਭਰਾ ਅਤੇ ਛੋਟੀ ਭੈਣ ਮੇਰੇ ਨਾਲ ਬੈਠੇ ਹੈਗੇ ਅਤੇ ਇਹ ਅੱਜ ਡਿਬੇਟ ਕਰਨਗੇ। ਮਤਲਬ ਅੱਜ ਮੈਂ ਨੋਰਮਲ ਸਪੀਕਿੰਗ ਲੈਣ ਦੇ ਮੂਡ 'ਚ ਨਹੀਂ ਹੈਗਾ। ਮੈਂ ਇਹਨਾਂ ਨੂੰ ਜਸਟ ਇਹ ਨਹੀਂ ਪੁੱਛਣਾ ਵਟਸ ਯੋਰ ਫੇਵਰੇਟ ਕਲਰ, ਫਰੋਮ ਵੇਅਰ ਆਰ ਯੂ, ਬਲਾਮ 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 ਬਲਾਮ, ਯੋ ਕੁਛ ਨਹੀਂ। ਅੱਜ ਦਾ ਜੋ ਮੈਂ ਵੀਡੀਓ ਸ਼ੂਟ ਕਰਨ ਲੱਗਿਆ ਹੈਗਾ ਉਹਦਾ ਮੇਨ ਕਨਸੈਪਟ ਕੀ ਹੈਗਾ, ਡਿਬੇਟ। ਡਿਬੇਟ ਦਾ ਮਤਲਬ ਹੈ ਵਿਲੇਜ ਵਰਸਿਸ ਸਿਟੀ, ਮਤਲਬ ਸ਼ਹਿਰ ਜਾਂ ਪਿੰਡ। ਮਤਲਬ ਵੀਡੀਓ 'ਚ ਇੰਟਰਸਟ ਬਣੂਗਾ ਕਿਉਂਕਿ ਸਾਰਿਆਂ ਦਾ ਟੋਪਿਕ ਹੈ ਜਿਹੜਾ, ਕੋਈ ਨਾ ਕੋਈ ਮੇਰਾ ਭੈਣ ਭਰਾ ਜਿਹੜਾ ਵੀਡੀਓ ਦੇਖ ਰਹੇਗਾ ਉਹ ਪਿੰਡਾਂ ਤੋਂ ਬਿਲੋਂਗ ਕਰਦਾ ਹੋਊਗਾ, ਅਤੇ ਕੋਈ ਨਾ ਕੋਈ ਭੈਣ ਭਰਾ ਹੈ ਜਿਹੜਾ ਮੇਰਾ ਉਹ ਸ਼ਹਿਰਾਂ ਤੋਂ ਬਿਲੋਂਗ ਕਰਦਾ ਹੋਊਗਾ। ਅਤੇ ਐਟ ਦਾ ਐਂਡ ਆਫ ਦਾ ਵੀਡੀਓ ਦੇ ਵਿੱਚ ਆਪਾਂ ਇਹ ਕਨਸੈਪਟ ਵੀ ਕਲੀਅਰ ਕਰਾਂਗੇ ਕਿ ਜਿੱਤਿਆ ਕੌਣ। ਠੀਕ ਹੈ, ਤਾਂ ਮੈਂ ਸਭ ਤੋਂ ਪਹਿਲਾਂ ਚਾਹੁੰਦਾ ਕਿ ਜਿਹੜੇ ਮੇਰੇ ਸਟੂਡੈਂਟਸ ਨੇ ਉਹ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਅਤੇ ਫਿਰ ਕਰਦੇ ਹਾਂ ਗੱਲ। ਹਾਂਜੀ ਪਲੀਜ਼, ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰੋ, ਤੁਸੀਂ ਕੌਣ ਹੋ, ਕਿੱਥੋਂ, ਕਿਵੇਂ ਹੋ। ਹੈਲੋ ਐਵਰੀਵਨ, ਮਾਈਸੈਲਫ ਅਮਾਨਤਪ੍ਰੀਤ ਕੌਰ, ਆਈ ਐਮ ਫਰੋਮ ਪਾਤੜਾਂ, ਐਂਡ ਟੂਡੇ ਵੀ ਆਰ ਹੇਅਰ ਟੂ ਡਿਸਕਸ ਏ ਡਿਬੇਟ ਔਨ ਦਾ ਟੋਪਿਕ ਵਿਲੇਜਿਸ ਐਂਡ ਸਿਟੀਜ਼। ਓਕੇ, ਤੇ ਤੁਸੀਂ ਕਿਹਨੂੰ ਰੀਪ੍ਰੈਜ਼ੈਂਟ ਕਰ ਰਹੇ ਹੋਗੇ? ਆਈ ਵਿਲ ਬੀ ਰੀਪ੍ਰੈਜ਼ੈਂਟਿੰਗ ਸਿਟੀਜ਼। ਓਕੇ, ਦੈਟਸ ਫਾਈਨ। ਹਾਂਜੀ, ਤੁਸੀਂ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਕਰਨਵੀਰ ਸਿੰਘ, ਮੈਂ ਆਇਆ ਹਾਂ ਰਾਣੀਆਂ ਤੋਂ ਇੱਥੇ ਰਮਨਸਰ ਕੋ ਪੜ੍ਹਨ, ਅਤੇ ਮੈਂ ਅੱਜ ਰੀਪ੍ਰੈਜ਼ੈਂਟ ਕਰ ਰਿਹਾ ਵਿਲੇਜਿਸ ਨੂੰ ਅਤੇ ਸਿਟੀਜ਼ ਦੀ ਡਿਸਐਡਵਾਂਟੇਜ। ਰਾਣੀਆਂ ਕਿੱਥੇ ਇੱਕ ਪੈ ਜਾਂਦਾ ਇਹ? ਇਹ ਸਰ ਸਿਰਸਾ ਦੇ ਕੋਲ ਹੈ, ਹਰਿਆਣਾ ਸਟੇਟ ਦੇ ਵਿੱਚ। ਵੈਰੀ ਗੁੱਡ, ਦੈਟਸ ਇਟ। ਤਾਂ ਮੈਂ ਚਾਹੁੰਦਾ ਕਿ ਅੱਜ ਦਾ ਜਿਹੜਾ ਡਿਬੇਟ ਦਾ ਆਪਸ਼ਨ ਹੈਗਾ ਉਹ ਬੜਾ ਵਧੀਆ ਚੱਲੇ, ਮਤਲਬ ਕਮਾਲ ਦਾ। ਅਤੇ ਸੌਰੀ, ਸਾਡੇ ਕੋਲ ਟੋਟਲ 3 ਮਾਈਕ ਕੈਮਰੇ 'ਤੇ ਕਨੈਕਟ ਹੁੰਦੇ ਨੇਗੇ, ਤਾਂ 2 ਸਾਡੇ ਕੋਲ ਹੈਗੇ ਨੇ, 3 ਉੱਥੇ ਲੱਗ ਰਿਹਾ, ਪਰ ਅਸੀਂ ਐਡਜਸਟ ਕਰ ਲਾਂਗੇ। ਠੀਕ ਆ, ਤਾਂ ਤੁਸੀਂ ਸਿਟੀ ਨੂੰ ਰੀਪ੍ਰੈਜ਼ੈਂਟ ਕਰੋਗੇ, ਤੁਸੀਂ ਵਿਲੇਜ ਨੂੰ ਰੀਪ੍ਰੈਜ਼ੈਂਟ ਕਰੋਗੇ। ਮੈਂ ਚਾਹੁੰਦਾ ਕਿ ਜਿਹੜਾ ਮਸਲਾ ਉਹ ਪੂਰਾ ਭਖਿਆ ਰਹੇ, ਪਰ ਬੇਨਤੀ ਹੈ ਕੋਈ ਮੁੱਕੇ, ਗਾਲਾਂ, ਲੱਤਾਂ, ਬਾਹਾਂ ਮਾਰਨ ਤੋਂ ਪਰਹੇਜ਼ ਕਰਿਆ ਜਾਵੇ। ਤੁਹਾਨੂੰ ਵੀ ਸਰਦਾਰ ਸਾਹਿਬ ਬੇਨਤੀ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪੁਆਇੰਟ ਮੈਂ ਚਾਹੁੰਦਾ ਕਿ ਤੁਸੀਂ ਰੱਖੋਗੇ। ਚਲੋ, ਪਹਿਲਾ ਪੁਆਇੰਟ, ਤੁਸੀਂ ਆਪਦੇ ਪਿੰਡਾਂ ਨੂੰ ਕੀ ਰੀਪ੍ਰੈਜ਼ੈਂਟ ਕਰਦੇ ਆ? ਇਨ ਦਾ ਵਿਲੇਜਸ ਨਾਓ ਡੇਜ਼ ਹੈਵ ਦਾ ਪੀਸਫੁਲ ਇਨਵਾਇਰਮੈਂਟ ਐਂਡ ਆਲਸੋ ਪੀਪਲ ਲਾਈਕ ਟੂ ਲਿਵ ਦੇਅਰ। ਓਕੇ, ਇੱਕ ਦੁਬਾਰਾ ਬੋਲੋ। ਇਨ ਦਾ ਵਿਲੇਜਸ ਪੀਪਲ ਲਾਈਕ ਟੂ ਲਿਵ ਇਨ ਅ ਪੀਸਫੁਲ ਇਨਵਾਇਰਮੈਂਟ ਵਿਦ ਅ ਹੈਲਦੀ ਸੋਰਸ ਆਫ ਏਅਰ। ਓਕੇ, ਦੈਟਸ ਫਾਈਨ। ਮਤਲਬ ਕੀ ਹੈ ਕਿ ਪਿੰਡਾਂ ਦੇ ਵਿੱਚ ਬੜਾ ਸਾਫ਼ ਸੁਥਰਾ ਮਾਹੌਲ ਹੈ, ਸ਼ਾਂਤ ਮਾਹੌਲ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਨ ਦਿਸ ਏਰਾ ਆਫ ਗਲੋਬਲਾਈਜੇਸ਼ਨ ਵੇਰੀਅਸ ਸੋਸਾਇਟੀਜ਼ ਐਂਡ ਫਲੈਟਸ ਐਂਡ ਅਪਾਰਟਮੈਂਟਸ ਆਰ ਬੀਂਗ ਕੰਸਟਰਕਟਡ ਇਨ ਆਰਡਰ ਟੂ ਪ੍ਰੋਵਾਈਡ ਟ੍ਰੈਂਕੁਅਲ ਐਂਡ ਸੀਰੀਨ ਇਨਵਾਇਰਮੈਂਟ ਟੂ ਦ ਇੰਡੀਵਿਜੂਅਲਸ ਲਿਵਿੰਗ ਓਵਰ ਦੇਅਰ। ਮੈਂ ਕਹਿੰਦਾ ਬਾਈ, ਕੁੜੀ ਦੀ ਅੰਗਰੇਜ਼ੀ ਪੂਰੀ ਖਤਰਨਾਕ ਹੈ। ਕਹਿਣ ਦਾ ਮਤਲਬ ਹੈ ਵੀ ਸਾਡੇ ਸ਼ਹਿਰਾਂ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੀਆਂ ਨਵੀਆਂ ਬਿਲਡਿੰਗ ਆ, ਜਿਹੜੇ ਨਵੇਂ ਫਲੈਟ ਬਣ ਰਹੇ ਆ, ਉਹ ਵੀ ਪੀਸਫੁਲ ਅਤੇ ਸ਼ਾਂਤਫੁਲ ਬਣ ਰਹੇ ਆ। ਸ਼ਾਂਤਫੁਲ, ਚਲੋ ਜੁੜ ਗਿਆ ਨਾਲ, ਹੈ ਨਾ। ਤਾਂ ਮਤਲਬ ਕੀ ਹੈ, ਪਹਿਲੇ ਪੁਆਇੰਟ ਨਾਲ ਪਹਿਲਾ ਪੁਆਇੰਟ ਆਪਣਾ ਹੀ ਕੱਟ ਹੋ ਗਿਆ। ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਹੁੰਦਾ ਹੈਗਾ ਉਹ ਹੁੰਦਾ ਸ਼ਾਂਤੀ ਭਰਿਆ, ਤਾਂ ਬੱਚੇ ਨੇ ਕਹਿ ਤਾ ਕਿ ਪਿੰਡਾਂ ਦੇ ਵਾਂਗੂ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੋਸਾਇਟੀਜ਼ ਬਣ ਰਹੀਆਂ ਨੇ ਉਹ ਵੀ ਸ਼ਾਂਤੀ ਭਰਿਆ ਮਾਹੌਲ ਆ। ਦੈਟਸ ਇਟ। ਆਲੋ ਫੜੋ ਆਪਦਾ ਦੂਜਾ ਪੁਆਇੰਟ ਤੇ ਮਾਈਕ, ਥੋੜਾ ਜਿਹਾ ਨੇੜੇ ਰੱਖ ਕੇ ਖਿੱਚ ਕੇ ਮੁੰਡਿਆ। ਵੀ ਆਰ ਦਾ ਗਰੋਅਰ ਆਫ ਦਾ ਫੂਡ ਗ੍ਰੇਨਸ ਐਸ ਫਾਰਮਰ ਗਰੋ ਆਲ ਓਵਰ ਦਾ ਫੂਡ ਆਫ ਦਾ ਕੰਟਰੀ, ਸੋ ਵੀ ਆਰ ਦਾ ਗਰੋਅਰ ਆਫ ਦਾ ਫੂਡ ਗ੍ਰੇਨਸ। ਵੈਰੀ ਗੁੱਡ। ਮਤਲਬ ਕੀ ਹੈ ਕਿ ਪਿੰਡਾਂ ਵਾਲਿਆਂ ਦਾ ਇੱਕ ਪੁਆਇੰਟ ਬੜਾ ਖੁੱਲ੍ਹ ਗਿਆ ਹੈ ਕਿ ਵੀ ਆਰ ਦਾ ਗਰੋਅਰ, ਜਿੰਨੀਆਂ ਵੀ ਫਸਲਾਂ ਉੱਗਦੀਆਂ ਨੇਗੀਆਂ, ਤੁਸੀਂ ਫਲ, ਤੁਸੀਂ ਸਬਜ਼ੀਆਂ, ਤੁਸੀਂ ਕੁਛ ਵੀ ਖਾਂਦੇ ਹੋ, ਅਸੀਂ ਉਗਾਉਂਦੇ ਹਾਂ। ਦਿਓ ਪੁਆਇੰਟ ਤੁਹਾਡੇ ਕੋਲ ਕੀ ਹੈ? No doubt you people are the growers, but we are the purchasers. ਸ਼ਾਬਾਸ਼, ਵੈਰੀ ਗੁੱਡ। ਮਤਲਬ ਬੜਾ ਵਧੀਆ ਕਨਸੈਪਟ ਹੈਗਾ, ਜੇ ਤੁਸੀਂ ਉਗਾਉਂਦੇ ਹੋ ਤਾਂ ਅਸੀਂ ਖਰੀਦਦੇ ਹਾਂ। ਇਹਨੂੰ ਹੋਰ ਵਧੀਆ ਐਕਸਪਲੇਨ ਕਰ ਸਕਦੇ ਹਾਂ? ਮਤਲਬ ਵੀ ਆਰ ਦਾ ਪਰਚੇਜ਼ਰ। ਓਕੇ, ਅੱਗੇ ਕੁਝ ਹੋਰ ਐਕਸਪਲੇਨ ਵਧੀਆ ਤਰੀਕੇ ਨਾਲ। This will definitely boost the economy of the nations as well and definitely help you people to feed your families. Very good. ਬਿਲਕੁਲ, ਬੜਾ ਵਧੀਆ ਕਮਾਲ ਦਾ ਪੁਆਇੰਟ ਹੈਗਾ। ਦੇਖੋ, ਸੈਟੀਸਫੈਕਸ਼ਨ ਹੈਗੀ ਹੈ ਨਾ। ਮਤਲਬ ਜੇ ਤੁਸੀਂ ਉਗਾਉਂਦੇ ਹੋ ਤਾਂ ਅਸੀਂ ਖਰੀਦਦੇ ਹਾਂ, ਜੇ ਅਸੀਂ ਖਰੀਦਦੇ ਹਾਂ ਤੁਸੀਂ ਤਾਂ ਉਗਾਉਂਦੇ ਹੋ। ਮਤਲਬ ਦੂਜਾ ਪੁਆਇੰਟ ਵੀ ਪੁਆਇੰਟ ਦੇ ਨਾਲ ਪੁਆਇੰਟ ਘੱਟ ਗਿਆ। ਮਤਲਬ ਪਹਿਲਾ ਪੁਆਇੰਟ ਸੀਗਾ ਆਪਣਾ ਮਾਹੌਲ ਵਧੀਆ ਪਿੰਡਾਂ ਦਾ, ਅਤੇ ਦੂਜਾ ਪੁਆਇੰਟ ਸੀਗਾ ਕਿ ਅਸੀਂ ਭਾਈ ਫਸਲਾਂ ਨੂੰ ਉਗਾਉਂਦੇ ਹਾਂ, ਅਤੇ ਇਹ ਕਹਿੰਦੇ ਆ ਮਾਹੌਲ ਸਾਡੇ ਵੀ ਵਧੀਆ ਹੈਗਾ, ਅਤੇ ਜੇ ਤੁਸੀਂ ਉਗਾਉਂਦੇ ਹੋ ਤਾਂ ਅਸੀਂ ਖਰੀਦਦੇ ਹਾਂ। ਦੋ ਨਾਲ ਦੋ ਪੁਆਇੰਟ ਕੱਟ ਗਏ। ਥਰਡ ਪੁਆਇੰਟ ਤੁਹਾਡਾ? ਯੈਸ ਸਰ।
इन विलेजेस ऑल द पीपल हैव सपोर्टिव सेंस ऑफ कम्युनिटी एंड दे ऑल हैव सिंपथी रिगार्डिंग ईच अदर। वेरी गुड, मतलब कहने का मतलब यही आ कि साढ़े पिंडां दे विच लोक भाईचारे वांगू रहिंदे आ, थोड़े भैण चारे वांगू तो नहीं रहिंदे कितें, चलो कोई ना, मतलब कहने का यह है कि साढ़े जिहड़े पिंडां दे लोक ने उन्हां च आपस च ना बहुत प्यार है ते उह इक दूजे दे सपोर्टिव ने, है ना, उन्हां च सिंपथी आ, उह इक दूजे नाल दया भावना नाल रहिंदे ने। तुहानूं की लगदा पिंडां च इह चीज़ हैगी आ कि उह ब्रदरहुड है, तुहाडे शहरां च की आ? Although people living in the city are quite a lot job oriented, but we try our best to organize various functions on each and every festival so that we can have a good time together. Very good, matlab point na point aa vi kattega ke je pindan de vich bhaichara hai ga it's okay, par saadi shehran ch assi function organize karde ha weekend de utte, man lo assi busy ha kende par phir bhi assi time ta kadde ha na, ta jehde saade dost ne mitr mitriyan rishtedar sare oh ikatthe karan joge hege ha, matlab ee vi point katte ha. Agla point tade to lawa कुछ फोर्थ पॉइंट दो। In cities, various kind of the educational institutions are available for the high class facilities related to the education. Very good, मतलब साढ़े शहरां दे विच बहुत सारी वधिया तरीके दी एजुकेशन है जिहड़ी ओह मिलदी आ। हाँ वी मित्रा की कहना चाहुंदा? Nowadays, a survey was conducted by Indian government that most of the newly establishment of universities are established in villages because there is a lot of space available. Oh, very good. ਇਹ ਵੀ ਬੜਾ ਕਮਾਲ ਦਾ ਪੁਆਇੰਟ ਹੈ ਜੇ ਤੁਸੀਂ ਕਹਿੰਦੇ ਹੋ ਤੁਹਾਡੀ ਐਜੂਕੇਸ਼ਨ ਹੈਗੀ ਆ ਇਟਸ ਓਕੇ, ਤਾਂ ਮੁੰਡਾ ਕਹਿੰਦਾ ਹੈਗਾ ਕਿ ਸਾਡੇ ਪਿੰਡਾਂ ਦੇ ਵਿੱਚ ਵੀ ਹੁਣ ਯੂਨੀਵਰਸਿਟੀਆਂ ਬਣ ਰਹੀਆਂ ਨੇ ਕਿਉਂਕਿ ਸਰਕਾਰ ਨੇ ਕਹਿਤਾ ਕਿ ਖੁੱਲੀਆਂ ਸਪੇਸਿਸ ਚਾਹੀਦੀਆਂ ਨੇ, ਤਾਂ ਉਹਦੇ ਲਈ ਖੁੱਲੀਆਂ ਜਗ੍ਹਾ ਦੇ ਉੱਤੇ ਯੂਨੀਵਰਸਿਟੀ ਬਣੂ ਕਿਉਂਕਿ ਯੂਨੀਵਰਸਿਟੀ ਨੂੰ ਇੱਕ ਪੀਸਫੁੱਲ ਮਾਹੌਲ ਚਾਹੀਦਾ ਜੇ ਬੱਚਿਆਂ ਨੇ ਪੜ੍ਹਨਾ ਹੈਗਾ। ਅਗਰੀ? ਹੋਰ ਕੁਛ ਪੁਆਇੰਟ ਤੁਸੀਂ ਦੇਣਾ ਕਿ ਉਧਰੋਂ ਲਈਏ? ਚਲੋ ਜੀ, ਹਾਂਜੀ, ਕੋਈ ਪੁਆਇੰਟ ਦਿਓ ਆਪਣਾ। In villages, people have less stressful life because in villages there is no much pollution as compared to the cities, okay. And they also have the friendly environment with together. Very good. अच्छा, मतलब पिंड वाला कहना चाहुंदा है कि साडे कोले जिहड़ा एनवायरनमेंट है वह बड़ा फ्रेंडली है, नेचर मतलब बहुत वधिया है, तो लाइफ स्ट्रैसफुल है साडी, मतलब स्ट्रैसफुल नहीं, लैस स्ट्रैसफुल है, चिंता नहीं है कि जो मर्जी है जो मर्जी आके देख ली की कहना हुंदा है, हसदे ही रहने हैं, ओले ने ही। तुसीं की कहने हो? In cities, multifarious entertainment sources are available, such as visiting two clubs, going for movie with our kith and kin, so that we can reduce the stress levels. मतलब ये कहते भी साड़ा माहौल स्ट्रेस लेस हैगा, पर ये कहते साड़े कोले समान बनाया हुआ है पूरा, मतलब साड़े कोले क्लब्स ने, साड़े कोले सारा कुछ है, असीं उत्थे जाके अपनी स्ट्रेस है जिहड़ी उहनूं घटा लैणे हुंदे आ, मतलब माहौल साड़े कोले भी ओके हैगा। होर कुछ तुहाडे कोले पिंडां नूं लेके? Most of the scientists and artists come from the villages, as the recent example was Sidhu Moosewala, as he is a very famous artist of Bollywood industry. So they belong to villages. They belong to villages. Okay, मतलब ये कहना चाहुंदा है कि जेडे पिंडा दे बंदे ने वो बड़े आर्टिस्ट, बड़े कमाल दे ने, जां जेडे सिंगर ने, एक्टर ने, साइंटिस्ट ने, कोई भी, मतलब वो बहुत सारे लोग बिलोंग करते हैं, वो पिंडा तो करते हैं। तुसी की कहने हो इनू? Cities are the only platform which provides them the better recognition that and they become a huge celebrities all over the world. ਇਹ ਵੀ ਗੱਲ ਹੈ, ਮਤਲਬ ਇਹ ਕਹਿਣਾ ਚਾਹੁੰਦੇ ਆ ਕਿ ਵੀ ਠੀਕ ਹੈ ਪਿੰਡਾਂ ਦੇ ਲੋਕ ਬਣਦੇ ਆ, ਪਰ ਸ਼ਹਿਰ ਨੇ ਜਿਹੜੇ ਉਹ ਪਲੇਟਫਾਰਮ ਦਿੰਦੇ ਆ, ਜਿਹੜੇ ਵੱਡੇ ਵੱਡੇ ਸਿੰਗਰ ਨੇਗੇ ਉਹ ਜਾ ਕੇ ਚੰਡੀਗੜ੍ਹ ਰਹਿੰਦੇ ਆ, ਬੰਬੇ ਰਹਿੰਦੇ ਆ, ਦਿੱਲੀ ਰਹਿੰਦੇ ਆ, ਵੀ ਅਸੀਂ ਸ਼ਹਿਰਾਂ ਵਾਲੇ ਪਿੰਡਾਂ ਵਾਲਿਆਂ ਨੂੰ ਇੱਕ ਪਲੇਟਫਾਰਮ ਦਿੰਦੇ ਆ ਤਾਂ ਕਿ ਉਹ ਯੂਨੀਵਰਸਲ ਦੇ ਵਿੱਚ ਜਾ ਕੇ ਆਪਣੇ ਆਪ ਦੀ ਪਹਿਚਾਣ ਜਿਹੜੀ ਉਹ ਬਣਾ ਸਕਦੇ ਆ। ਕੋਈ ਹੈ ਗੱਲ ਤੁਹਾਡੇ ਕੋਲ ਪੁਆਇੰਟ ਕੱਟਣ ਨੂੰ ਇਹਦਾ? ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿੰਡਾਂ ਦੇ ਲੋਕ ਆਰਟਿਸਟ ਆ, ਇਟਸ ਓਕੇ, ਪਰ ਅਸੀਂ ਆਰਟਿਸਟ ਨੂੰ ਪਹਿਚਾਣ ਦਵਾਉਂਦੇ ਹਾਂ, ਸ਼ਹਿਰਾਂ 'ਚ ਆ ਕੇ ਆਰਟਿਸਟ ਦੀ ਗਤੀ ਹੈ। ਇਹ ਮੰਨਦੇ ਹੋ ਸੀ ਇਹ ਗੱਲ ਨੂੰ? ਅਗਰੀ ਇਹ ਗੱਲ? ਚਲੋ, ਮਤਲਬ ਇਹ ਕਹਿਣਾ ਚਾਹੁੰਦੇ ਹੈਗੇ ਤਾਂ, ਪਰ ਮੈਂ ਵੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਚਲੋ ਮੈਂ ਵੀ ਤੁਹਾਡੇ 'ਚ ਹੈਗਾ ਗਾ, ਪਰ ਇਹਦੀ ਬਿਗ ਐਗਜ਼ਾਮਪਲ ਸਿੱਧੂ ਮੂਸੇਵਾਲਾ ਵੀ ਹੈਗਾ ਕਿ ਉਹ ਪਿੰਡ ਦੇ ਵਿੱਚ ਰਹਿ ਕੇ ਉਹਨੂੰ ਸ਼ਹਿਰ ਤੋਂ ਮਤਲਬ ਇਹ ਕੋਈ ਨਹੀਂ ਸੀਗਾ। ਕਹਿਣ ਦਾ ਮਤਲਬ ਇਹ ਹੈਗਾ, ਠੀਕ ਹੈ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਸ਼ਾਈਨ ਮਿਲਦਾ ਹੈਗਾ ਸ਼ਹਿਰਾਂ ਦੇ ਵਿੱਚ ਆ ਕੇ, ਇਟਸ ਓਕੇ, ਪਰ ਮੈਨੂੰ ਹਮੇਸ਼ਾ ਇੱਕ ਲਾਈਨ ਉਹਦੀ ਬੜੀ ਕਮਾਲ ਦੀ ਲੱਗਦੀ ਹੁੰਦੀ, ਸ਼ਾਇਦ ਤੁਹਾਨੂੰ ਬੜੇ ਨੇ ਸੁਣਿਆ ਹੋਊਗਾ ਵੀ, ਟੈਲੈਂਟ ਪਲੇਸ 'ਤੇ ਡਿਪੈਂਡ ਕਰੇ ਨਾ, ਪਿੰਡ ਬੈਠਾ ਬੈਠਾ ਦੁਨੀਆ ਨੂੰ ਸ਼ੇਕ ਕਰ ਦੂ। ਇਹ ਫਿਰ ਇਹ ਗੱਲਾਂ ਵੀ ਸੱਚੀਆਂ ਨੇਗੀਆਂ ਵੀ ਜਗ੍ਹਾ ਮੈਟਰ ਨਹੀਂ ਕਰਦੀ ਹੈਗੀ, ਜੇ ਤੁਹਾਡੇ 'ਚ ਟੈਲੈਂਟ ਹੈ ਦੁਨੀਆ ਨੂੰ ਤੁਸੀਂ ਹਿਲਾ ਦੋਗੇ, ਇਹ ਬਿਲਕੁਲ ਹੈ। ਕੋਈ ਸ਼ਹਿਰਾਂ ਦਾ ਤੁਸੀਂ ਪੁਆਇੰਟ ਦਿਓ ਆਪਦਾ, ਗੁੱਡ ਪੁਆਇੰਟ ਤੁਹਾਡਾ ਕੀ ਹੈ? Cities have various kind of the healthcare facilities such as hospitals with advanced infrastructure, good staff, etc. Very good. ਸਾਡੇ ਸ਼ਹਿਰਾਂ ਵਾਲੇ ਕੋਲੇ ਕਹਿੰਦੇ ਵੀ ਜਿਹੜਾ ਸਿਸਟਮ ਹੈ ਵਧੀਆ, ਹਸਪਤਾਲ ਨੇ ਵਧੀਆ, ਤਕੜੇ ਸਿਸਟਮ, ਓਕੇ ਆ ਸਾਡਾ,
ਮਤਲਬ ਮੈਡੀਕਲ ਪੱਖੋਂ ਜੀ ਬਹੁਤ ਵਧੀਆ ਕਹਿੰਦੇ ਬਟ ਆਲਸੋ ਇਨ ਵਿਲੇਜਸ ਦੇਰ ਆਰ ਆਲਸੋ ਅਵੇਲੇਬਿਲਿਟੀ ਆਫ ਡਿਸਪੈਂਸਰੀਜ਼ ਐਜ਼ ਅ ਡਾਕਟਰ ਆਲਸੋ ਕੇਮ ਟੂ ਦਾ ਪੀਪਲ ਹਾਊਸ ਟੂ ਕਿਊਰ ਦੈਮ ਓਕੇ ਵੈਰੀ ਗੁੱਡ ਨਹੀਂ ਕਹਿੰਦੇ ਵੀ ਠੀਕ ਹੈ ਜੀ ਸ਼ਹਿਰਾਂ 'ਚ ਹੈਗੇ ਤਾਂ ਸਾਡੇ ਪਿੰਡਾਂ 'ਚ ਵੀ ਫੈਸਿਲਿਟੀ ਹੈਗੀ ਹੈਗੀ ਮੈਡੀਕਲ ਦੀ ਪਿੰਡਾਂ ਦੇ ਵਿੱਚ ਸਾਡੇ ਕੋਲ ਡਿਸਪੈਂਸਰੀਜ਼ ਹੈਗੀਆਂ ਨੇ ਲੋਕਾਂ ਦਾ ਇਲਾਜ ਉੱਥੇ ਵੀ ਹੁੰਦਾ ਇਹ ਗੱਲ ਨਹੀਂ ਹਾਂ ਜੇ ਮਾੜਾ ਮੋਟਾ ਜ਼ਿਆਦਾ ਕੋਈ ਹੋਵੇ ਤਾਂ ਉਹਨੂੰ ਸ਼ਹਿਰਾਂ 'ਚ ਲੈ ਕੇ ਜਾਣਾ ਪੈਂਦਾ ਅਦਰਵਾਈਜ਼ ਸਾਡੇ ਵਾਲੇ ਜੇ ਫੁਣਸੀ ਫੋੜਾ ਹੋਇਆ ਹੋਵੇ ਮਿੱਟੀ ਲਾ ਕੇ ਠੀਕ ਹੋ ਜਾਂਦੇ ਨੇ ਇਹ ਵੀ ਕਮਾਲ ਦੀ ਗੱਲ ਹੈ ਹੋਰ ਕੁਛ ਤੁਹਾਡੇ ਕੋਲ ਤੇ ਮੈਨੂੰ ਇਹ ਲੱਗਦਾ ਜੇ ਮੈਂ ਸਾਰਿਆਂ ਨੂੰ ਗੱਲ ਹੋਰ ਦੱਸਣੀ ਚਾਹੁੰਦਾ ਜੇ ਕਿਸੇ ਨੂੰ ਲੱਗਦਾ ਹੋਣਾ ਨਾ ਵੀ ਪੇਜ 'ਤੇ ਪਤਾ ਨਹੀਂ ਇਹਨਾਂ ਨੇ ਪੁਆਇੰਟ ਲਿਖੇ ਹੋਏ ਨੇ ਪੇਜ 'ਤੇ ਜਸਟ ਇਹਨਾਂ ਨੇ ਆਪਦਾ ਸਟਰਕਚਰ ਲਿਖਿਆ ਹੋਇਆ ਮਤਲਬ ਮੇਰੇ ਵੱਲੋਂ ਕੋਈ ਤਿਆਰ ਕਰਿਆ ਹੋਇਆ ਕੁਛ ਨਹੀਂ ਤੂੰ ਵੀ ਆਪਦਾ ਦਿਖਾ ਦੇ ਮੁੰਡਿਆ ਮਤਲਬ ਇਹ ਨਹੀਂ ਹੈਗਾ ਕਿ ਕੋਈ ਲਾਈਨਾਂ ਲਿਖੀਆਂ ਹੋਈਆਂ ਨੇ ਇਹ ਇੱਕ ਤਰੀਕਾ ਸੀਗਾ ਅਸੀਂ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਜੇ ਆਪਾਂ ਹੋਰ ਮਤਲਬ ਨਾ ਵਿਦਾਊਟ ਤੁਹਾਨੂੰ ਮੈਂ ਕੁਛ ਪ੍ਰਪੇਅਰ ਕਰੇ ਦੱਸਾਂ ਦੇਖੋ ਸ਼ਹਿਰਾਂ ਦੇ ਵਿੱਚ ਸਵਿਮਿੰਗ ਪੂਲ ਨੇ ਹੈਗੇ ਨੇ ਨਾ ਪਿੰਡ ਵਾਲਿਆਂ ਕੋਲ ਹਾਂ ਸਾਡੇ ਕੋਲ ਟੋਬੇ ਨੇ ਮਤਲਬ ਇਹ ਵੀ ਗੱਲ ਹੈ ਨਾ ਹਰ ਜਗ੍ਹਾ ਦੀ ਤੁਸੀਂ ਇਹ ਦੇਖੋ ਜੇ ਸ਼ਹਿਰਾਂ ਦੇ ਵਿੱਚ ਕੋਈ ਨਹੀਂ ਆਉਂਦੇ ਜਿਹੜੇ ਉਹ ਸਮੁੰਦਰਾਂ ਦੇ ਵਿੱਚ ਉਹ ਕਿਸ਼ਤੀਆਂ ਜਿਹੀਆਂ ਚਲਾਉਂਦੇ ਹੋਏ ਨੇ ਸਾਡੇ ਪਿੰਡਾਂ ਵਾਲੇ ਕੋਲ ਮੱਝਾਂ ਹੁੰਦੀਆਂ ਨੇ ਉਹਦੇ ਉੱਤੇ ਬਹਿ ਕੇ ਉਹ ਕਿਸ਼ਤੀ ਵਾਲਾ ਫੀਲ ਆਉਂਦਾ ਨਾ ਜਦੋਂ ਮੱਝ ਨੂੰ ਐਂ ਫੜ ਕੇ ਦੇਖਦੇ ਐਂ ਲਪੇਟਾ ਦੇ ਕੇ ਫਿਰ ਮੱਝ ਪੂਰੀ ਸਪੀਡ ਨਾਲ ਜਾਂਦੀ ਹੈ ਨਾ ਤਾਂ ਮੈਨੂੰ ਇਹ ਲੱਗਦਾ ਕਿ ਸ਼ਹਿਰਾਂ ਦਾ ਕੋਈ ਹੋਰ ਜਾਂ ਪਿੰਡਾਂ ਦਾ ਕੋਈ ਪੁਆਇੰਟ ਕੁਛ ਰਹਿ ਗਿਆ ਕਰਨਾ ਤੁਸੀਂ ਡਿਸਕਸ ਤਾਂ ਮੈਨੂੰ ਲੱਗਦਾ ਕੁਛ ਕੁ ਪੁਆਇੰਟ ਬਹੁਤ ਮਿਸ ਹੋ ਗਏ ਜੇ ਤੁਸੀਂ ਸੋਚ ਸਕਦੇ ਆ ਸ਼ਹਿਰਾਂ ਨੂੰ ਕੋਈ ਸ਼ਹਿਰਾਂ ਦਾ ਫਾਇਦਾ ਹੋਰ ਕੁਛ ਵੀ ਕੋਈ ਦਿਮਾਗ 'ਚ ਆਉਂਦਾ ਹੋਵੇ ਓਕੇ ਇਹਦਾ ਪੁਆਇੰਟ ਹੈ ਵੀ ਸ਼ਹਿਰਾਂ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਏਅਰ ਪੋਲਿਊਸ਼ਨ ਹੈ ਨੋਇਸ ਪੋਲਿਊਸ਼ਨ ਹੈ ਸਾਊਂਡ ਪੋਲਿਊਸ਼ਨ ਹੈਗਾ ਤੁਸੀਂ ਇਸ ਚੀਜ਼ ਨੂੰ ਕੁਛ ਕਹਿ ਸਕਦੇ ਹੋ ਕਿ ਸ਼ਹਿਰਾਂ 'ਚ ਪੋਲਿਊਸ਼ਨ ਬਹੁਤ ਹੈਗਾ ਪਰ ਇਹ ਵੀ ਹੈ ਜੇ ਮੈਂ ਇਹ ਪੁਆਇੰਟ ਨੂੰ ਕੱਟਣਾ ਚਾਹੁੰਦਾ ਗਾ ਕਿ ਠੀਕ ਹੈ ਪੋਲਿਊਸ਼ਨ ਹੈਗਾ ਸਾਡੇ ਕੋਲ ਪਰ ਉਸ ਪੋਲਿਊਸ਼ਨ ਨੇ ਪਿੰਡਾਂ ਵਾਲੇ ਬਹੁਤ ਲੋਕਾਂ ਨੂੰ ਜੋਬ ਓਪਰਚੁਨਿਟੀਜ਼ ਵੀ ਦਿੱਤੀਆਂ ਹੋਈਆਂ ਨੇ ਲਾਈਕ ਐਜ਼ ਜੇ ਤੁਸੀਂ ਕਹੋਗੇ ਵੀ ਵਹੀਕਲ 'ਚੋਂ ਪੋਲਿਊਸ਼ਨ ਆਉਂਦਾ ਹੈਗਾ ਤਾਂ ਵਹੀਕਲ ਸਾਡੀ ਊਬਰ ਚਲਾਉਂਦੇ ਨੇ ਲੋਕ ਉਹ ਪਿੰਡਾਂ ਦੇ ਲੋਕ ਵੀ ਆ ਕੇ ਤਾਂ ਉੱਥੇ ਕਰਦੇ ਆ ਨਾ ਤਾਂ ਇਹਦੇ ਨਾਲ ਕੀ ਹੈਗਾ ਕਿ ਉਹਨਾਂ ਨੂੰ ਨੌਕਰੀ ਮਿਲ ਰਹੀ ਹੈ ਜਾਂ ਸ਼ਹਿਰਾਂ ਦੇ ਵਿੱਚ ਜੇ ਉਹ ਫੈਕਟਰੀਆਂ ਦੇ ਵਿੱਚ ਕੋਈ ਕੰਮ ਕਰ ਰਹੇ ਤਾਂ ਪਿੰਡਾਂ ਦੇ ਲੋਕ ਆ ਕੇ ਰੁਜ਼ਗਾਰ ਵੀ ਤਾਂ ਕਰ ਰਹੇ ਨੇਗੇ ਤਾਂ ਇਹ ਵੀ ਪੁਆਇੰਟ ਹੈਗਾ ਅਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਹਿਰਾਂ ਦੇ ਵਿੱਚ ਨਾ ਇੱਕ ਡਾਇਵਰਸਿਟੀ ਬਹੁਤ ਹੈ ਹਰੇਕ ਤਰ੍ਹਾਂ ਦਾ ਕਲਚਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਉੱਥੇ ਸਿੱਖਿਜ਼ਮ ਵੀ ਹੈ ਹਿੰਦੂਇਜ਼ਮ ਵੀ ਹੈ ਕ੍ਰਿਸਚਨ ਵੀ ਨੇ ਮੁਸਲਿਮ ਵੀ ਨੇ ਤਾਂ ਇਹ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਇਹ ਚੀਜ਼ ਘੱਟ ਦੇਖਣ ਨੂੰ ਮਿਲ ਸਕਦੀ ਹੈ ਕਿ ਨਹੀਂ ਮਤਲਬ ਪਿੰਡਾਂ 'ਚ ਇੱਕ ਕਮਿਊਨਿਟੀ ਜ਼ਿਆਦਾ ਹੁੰਦੀ ਹੈ ਨਾ ਇਹ ਵੀ ਗੱਲ ਹੈਗੀ ਅਤੇ ਹੋਰ ਕੋਈ ਸ਼ਹਿਰਾਂ ਦੇ ਵਿੱਚ ਫਾਇਦਾ ਜੋਬ ਓਪਰਚੁਨਿਟੀ ਬਿਜ਼ਨਸ ਗਰੋ ਸਮਾਲ ਬਿਜ਼ਨਸ ਨੇ ਜਿਹੜੇ ਆਪਾਂ ਉਹ ਗਰੋ ਕਰ ਸਕਦੇ ਹਾਂ ਨਾ ਤਾਂ ਪਿੰਡਾਂ ਦੇ ਵਿੱਚ ਇਹ ਇੰਨਾ ਦੇਖਣ ਨੂੰ ਨਹੀਂ ਮਿਲਦਾ ਹੈਗਾ ਪਰ ਐਟ ਦ ਐਂਡ 'ਤੇ ਜੇ ਮੈਂ ਇੱਕ ਰਿਜ਼ਲਟ ਕੱਢਦਾ ਨਾ ਮੈਨੂੰ ਇਹ ਲੱਗਦਾ ਹੈਗਾ ਜੇ ਸ਼ਹਿਰ ਖੇਤ ਹੈ ਤਾਂ ਪਿੰਡ ਉਹਦੀ ਮੋਟਰ ਹੈ ਜੇ ਸ਼ਹਿਰ ਇੱਕ ਖੇਤ ਹੈ ਨਾ ਕਿਉਂਕਿ ਮੋਟਰ ਤੋਂ ਬਿਨਾਂ ਖੇਤ ਕਿਸੇ ਕੰਮ ਦਾ ਨਹੀਂ ਹੈਗਾ ਜਾਂ ਖੇਤ ਤੋਂ ਬਿਨਾਂ ਮੋਟਰ ਵੀ ਕਿਸੇ ਕੰਮ ਦੀ ਨਹੀਂ ਹੈਗੀ ਜੇ ਸ਼ਹਿਰ ਇੱਕ ਗੱਡੀ ਹੈ ਤਾਂ ਪਿੰਡ ਉਹਦੇ 'ਚ ਪੈਟਰੋਲ ਹੈ ਕਿਉਂਕਿ ਦੋਨਾਂ ਦਾ ਆਪਸ 'ਚ ਮੇਲ ਜੋਲ ਬਹੁਤ ਚਾਹੀਦਾ ਹੈਗਾ ਹੈ ਨਾ ਜੇ ਪਿੰਡਾਂ ਵਾਲੇ ਫਸਲਾਂ ਨੂੰ ਉਗਾਉਂਦੇ ਆ ਇਹ ਅੰਨਦਾਤਾ ਨੇਗੇ ਪਰ ਇਹਨਾਂ ਨੂੰ ਖਰੀਦਣ ਵਾਲੇ ਇਹ ਵੀ ਨੇ ਹੁਣ ਇਹ ਵੀ ਹੈ ਨਾ ਇਹ ਇਕੱਲੇ ਵਿਚਾਰੇ ਗਰੋ ਕਰ ਕਰਕੇ ਕਿੱਥੇ ਜਾਣਗੇ ਫੋਰ ਐਗਜ਼ਾਮਪਲ ਜੇ ਐਟ ਦ ਐਂਡ ਆਹ ਗੱਲ ਕਹੀ ਜਾਵੇ ਅਸੀਂ ਤਾਂ ਆਪਣੇ ਜੋਗਾ ਗਰੋ ਕਰ ਲਾਂਗੇ ਠੀਕ ਹੈ ਆਪਣੇ ਜੋਗਾ ਗਰੋ ਕਰ ਲਾਂਗੇ ਬਾਕੀ ਦੀ ਜ਼ਮੀਨ ਦਾ ਕੀ ਕਰਾਂਗੇ ਆਪਾਂ ਉਹ ਵੀ ਇੱਕ ਪੁਆਇੰਟ ਹੈ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦਾ ਸ਼ਹਿਰ ਵਾਲਿਆਂ ਬਿਨਾਂ ਜ਼ਮੀਨ ਨਹੀਂ ਸਰਦਾ ਪਰ ਇਹ ਵੀ ਗੱਲ ਯਾਦ ਰੱਖੀਓ ਜਿਹੜੇ ਸ਼ਹਿਰਾਂ ਵਾਲੇ ਨੇ ਨਾ ਇਹਨਾਂ ਦਾ ਖਸਮਾਂ ਦਾ ਪਿੰਡਾਂ ਵਾਲਿਆਂ ਬਣੀ ਬਿਲਕੁਲ ਵੀ ਨਹੀਂ ਸਰਦਾ ਹੈਗਾ ਤਾਂ ਜੇ ਹੁਣ ਥੋੜ੍ਹਾ ਨਾ ਮਾਡਰਨਿਜ਼ਮ ਜ਼ਿਆਦਾ ਆ ਗਿਆ ਲਾਈਕ ਐਜ਼ ਪਿੰਡਾਂ ਦੇ ਵਿੱਚ ਨੋਰਮਲ ਦੁੱਧ ਹੈ ਜਿਹੜਾ ਉਹ ਪਾਇਆ ਜਾਂਦਾ ਸ਼ਹਿਰਾਂ 'ਚ ਉਹ ਪੈਕਟਾਂ 'ਚ ਵੇਰਕਾ ਦਾ ਬਣ ਕੇ ਆ ਗਿਆ ਹੈ ਨਾ ਜਾਂ ਪਿੰਡਾਂ ਦੇ ਵਿੱਚ ਮੱਖਣ ਮਲਾਈਆਂ ਘਰਦੀਆਂ ਨੇ ਲੋਕ ਬਿਮਾਰ ਬਹੁਤ ਘੱਟ ਹੁੰਦੇ ਨੇ ਪਿੰਡਾਂ 'ਚ ਕਿਉਂਕਿ ਹੈਲਦੀ ਡਾਈਟ ਹੈ ਅਤੇ ਸ਼ਹਿਰਾਂ ਦੇ ਵਿੱਚ ਲੋਕ ਆ ਮੈਂ ਕਹਿੰਦਾ ਅੱਗ ਸਵਾਹ ਪਤਾ ਨਹੀਂ ਕੀ ਕੁਛ ਭੜਕਾਈ ਜਾਂਦੇ ਨਾ ਜੋ ਫਸ ਗਿਆ ਤਲਿਆ ਛਲਿਆ ਜਾਂ ਦੂਜੇ ਪਾਸੇ ਇੱਕ ਹੋਰ ਵੀ ਇੱਕ ਪੁਆਇੰਟ ਹੋ ਸਕਦਾ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਬਿਮਾਰ ਘੱਟ ਹੁੰਦੇ ਨੇ ਜਾਂ ਪਿੰਡਾਂ ਦੇ ਐਨਕਾਂ ਨਹੀਂ ਲੱਗੀਆਂ ਹੁੰਦੀਆਂ ਕਿਉਂਕਿ ਉਹ ਸਾਰਾ ਦਿਨ ਹਰਿਆਲੀ ਨੂੰ ਦੇਖਦੇ ਆ ਐਜ਼ ਕੰਪੇਅਰ ਜੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਸ਼ਹਿਰਾਂ 'ਚ ਤਾਂ ਹਰ ਤੀਜੇ ਜਵਾਕ ਦੇ ਮੈਂ ਕਹਿੰਦਾ ਵੀ ਕਿਆ ਕਰਦੇ ਹੋ ਬਈ ਉਹ GTA Vice City ਖੇਡਦਾ ਹੋ ਨਾ ਕੁਛ ਜਵਾਕ ਮਤਲਬ ਇੰਨਾ ਨੇੜੋਂ ਫੋਨ ਦੇਖਦੇ ਆ ਅਤੇ ਇੱਕ ਸਭ ਤੋਂ ਕਮਾਲ ਦੀ ਲਾਸਟ ਗੱਲ ਇਹ ਹੈ ਕਿ ਦੋ ਤਰੀਕੇ ਦੇ ਡੈਡੀ ਪਾਏ ਜਾਂਦੇ ਆ ਮੈਨੂੰ ਲੱਗਦਾ ਇੱਕ ਪਿੰਡਾਂ ਵਾਲੇ ਅਤੇ ਇੱਕ ਸ਼ਹਿਰਾਂ ਵਾਲੇ ਸ਼ਹਿਰਾਂ ਵਾਲਿਆਂ ਦਾ ਇੱਕ ਆਹ ਰੂਲ ਹੁੰਦਾ ਹੈਗਾ ਵੀ ਜੇ ਸ਼ਹਿਰਾਂ ਵਾਲੇ ਦੇ ਕਿਸੇ ਜਵਾਕ ਨੇ ਕੋਈ ਚੀਜ਼ ਮੰਗਣੀ ਹੁੰਦੀ ਹੈ ਨਾ ਅਤੇ ਬੱਚਾ ਰੁੱਸ ਕੇ ਬੈੱਡ ਦੇ ਥੱਲੇ ਵੜ ਜੇ ਹੈ ਨਾ ਤਾਂ ਫਿਰ ਉਹਦਾ ਫਾਦਰ ਉਹਨੂੰ ਬੜੇ ਪੋਲਾਈਟ ਤਰੀਕੇ ਨਾਲ ਕਹਿੰਦਾ ਹੁੰਦਾ ਨਾ ਵੀ ਬੇਟਾ ਪਲੀਜ਼ ਕਮ ਆਊਟ ਹੈ ਨਾ ਆਈਲ ਗਿਵ ਯੂ ਐਵਰੀਥਿੰਗ ਵਾਟ ਐਵਰ ਯੂ ਵਾਂਟ ਹੈ ਨਾ ਮੇਰਾ ਬੱਚਾ ਮੇਰਾ ਕੂਚਾ ਮੇਰਾ ਮੂੰਹ ਚਾ
ਪਰ ਪਿੰਡਾਂ ਦੇ ਵਿੱਚ ਆ ਥੋੜਾ ਇਹ ਉਲਟ ਹੈਗਾ। ਇਹ ਉਲਟ ਦਾ ਮਤਲਬ ਇਹ ਹੈਗਾ ਜੇ ਜਵਾਕ ਬੈੱਡ ਥੱਲੇ ਵੜ ਜੇ ਨਾ ਤਾਂ ਉਹ ਕੂਚਾ ਮੂਚਾ ਤਾਂ ਬਾਅਦ ਦੀ ਗੱਲ ਹੈ, ਵਟ ਐਵਰ ਯੂ ਵਾਂਟ ਉਹ ਬਾਅਦ ਦੀ ਗੱਲ ਹੈ। ਬਾਪੂ ਨੇ ਇੱਕੋ ਗੱਲ ਕਹਿਣੀ ਹੁੰਦੀ ਹੈ ਵੀ ਨਿਕਲੇਗਾ ਕਿ ਕੱਢਾਂ, ਬਸ। ਅਤੇ ਜਵਾਕ ਨੂੰ ਪਤਾ ਹੁੰਦਾ ਵੀ ਕੱਢਦਾ ਇਹਨੇ ਲੈਣਾ ਹੈ, ਨਿਕਲਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਮਤਲਬ ਜਿਹੜਾ ਸਾਡਾ ਲੋਕਾਂ ਦਾ ਸੁਭਾਅ ਹੈ, ਜਿਹੜਾ ਨੇਚਰ ਹੈ, ਉਹ ਇੱਕ ਦੂਜੇ ਨਾਲ ਜੁੜਿਆ ਹੋਇਆ। ਮੈਂ ਤਾਂ ਇੰਨੀ ਕੁ ਗੱਲ ਕਹੂੰਗਾ ਕਿ ਮੇਰੇ ਕੋਲ ਤਾਂ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਆ, ਮੇਰੇ ਕੋਲ ਤਾਂ ਸ਼ਹਿਰਾਂ ਦੇ ਬੱਚੇ ਵੀ ਪੜ੍ਹਦੇ, ਅਤੇ ਅੱਜ ਕੱਲ੍ਹ ਨਾ ਮਾਡਰਨਿਜ਼ਮ ਸਾਰੇ ਪਾਸੇ ਆਇਆ ਹੋਏਗਾ, ਅਤੇ ਮੈਨੂੰ ਇਹ ਲੱਗਦਾ ਹੈਗਾ ਕਿ ਦੋਵਾਂ ਦਾ ਇੱਕ ਦੂਜੇ ਬਿਨਾਂ ਸਰਦਾ ਨਹੀਂ ਹੈਗਾ। ਇਹ ਬਿਲਕੁਲ ਸੱਚੀ ਗੱਲ ਹੈ। ਤਾਂ ਪਿੰਡ ਵੀ ਉਨੇ ਜ਼ਰੂਰੀ ਨੇ, ਸ਼ਹਿਰ ਵੀ ਉਨੇ ਜ਼ਰੂਰੀ ਨੇ। ਅਤੇ ਇਸ ਕਨਸੈਪਟ ਨੂੰ ਮੈਂ ਇਹ ਕੰਟਰੋਵਰਸ਼ੀਅਲ ਇਹ ਨਹੀਂ ਬਣਾਉਣਾ ਚਾਹੁੰਦਾ ਹੈਗਾ ਕਿ ਮੈਂ ਇੱਕ ਕੈਟਾਗਰੀ ਨੂੰ ਕਹਾਂ ਕਿ ਦੇ ਆਰ ਵਿਨਰ। ਮੇਰੇ ਲਈ ਤਾਂ ਮੇਰੇ ਪਿੰਡਾਂ ਦੇ ਬੱਚੇ ਵੀ ਉਵੇਂ ਨੇ, ਮੇਰੇ ਲਈ ਮੇਰੇ ਸ਼ਹਿਰਾਂ ਦੇ ਬੱਚੇ ਵੀ ਉਵੇਂ ਨੇ, ਅਤੇ ਦੋਵੇਂ ਇੱਕ ਦੂਜੇ ਲਈ ਬੜੇ ਖਾਸੀਅਤ ਨੇ। ਅਤੇ ਆਪਾਂ ਅਗਲਾ ਇੱਕ ਨਵਾਂ ਟੋਪਿਕ ਲੈ ਕੇ ਆਵਾਂਗੇ, ਨਵੇਂ ਸਟੂਡੈਂਟਸ ਦੇ ਨਾਲ ਲੈ ਕੇ ਆਵਾਂਗੇ, ਜਿਹਦੇ 'ਚ ਅਸੀਂ ਕਨਸੈਪਟ ਨੂੰ ਕਲੀਅਰ ਕਰਾਂਗੇ, ਜੋਬ ਵਰਸਿਸ ਬਿਜ਼ਨਸ। ਮਤਲਬ ਜੋਬ ਅਤੇ ਬਿਜ਼ਨਸ ਨੂੰ ਲੈ ਕੇ ਉਹ ਬੜੇ ਵਧੀਆ ਤਰੀਕੇ ਨਾਲ ਕਰਾਂਗੇ, ਦੈਟਸ ਇਟ। ਤਾਂ ਅੱਜ ਦਾ ਜਿਹੜਾ ਟੋਪਿਕ ਸੀਗਾ ਉਹ ਅਸੀਂ ਬੜੇ ਤਰੀਕੇ ਨਾਲ, ਮੈਂ ਬੜਾ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬੜੇ ਕੌਨਫੀਡੈਂਸ ਨਾਲ ਬੋਲਿਆ, ਅਤੇ ਤੁਹਾਨੂੰ ਵੀ ਅਮਾਨਤ ਹੈ ਨਾ, ਯੂ ਬੋਥ ਡਿਡ ਰੀਅਲੀ ਗ੍ਰੇਟ। ਅਤੇ ਮੈਂ ਚਾਹੁੰਦਾ ਕਿ ਇਹਨਾਂ ਬੱਚਿਆਂ ਦੀ ਮੈਂ ਅਲੱਗ ਅਲੱਗ ਇੱਕ ILC ਸਪੀਕਿੰਗ ਹੈ ਨਾ ਜਿਹੜੀ, ਉਹ ਵੀ ਬਣਾਊਂਗਾ ਤਾਂ ਕਿ ਤੁਹਾਡਾ ਕੌਨਫੀਡੈਂਸ ਹੋਰ ਬੂਸਟ ਹੋ ਕੇ ਲੋਕਾਂ ਦੇ ਸਾਹਮਣੇ ਆਵੇ, ਅਤੇ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਕਰੋ। ਥੈਂਕ ਯੂ ਵੈਰੀ ਮੱਚ, ਨਵੇਂ ਨਵੇਂ ਕਨਸੈਪਟ ਆਉਂਦੇ ਰਹਿਣਗੇ। ਥੈਂਕ ਯੂ ਵੈਰੀ ਮੱਚ।